जे कोई चश्मदीद गवाह ने कोई आई विटनेस ने भाई साहब नू जो पुलिस जो गिरफ्त विच लिया जिवें जां कुछ सोशल मीडिया ते वीडियोज भी वायरल हो रही सी कोई पुलिस मुलाजिम ने कोई बयान पाया सी भी मैं चश्मदीद गवाह सारे जो जो भी कुछ वर्तारा वरत्या किवें भाई साहब नू अरेस्ट किया गया तो हाथ जोड़ के बेनती है भी सानू एविडेंस दो ता कि असीं मानयोग अदालत दे अगे आपदा जो पक्ष है एक स्ट्रोंग तरीके दे नाल रख सकीए ते होर भी जे तुहाडे कोले कोई एविडेंस हैगा सानू दो क्योंकि जिन्हां भी संगतां ने पूरे देशां विदेशां तो जो भी सानू एविडेंस भेजिया सी ओह असीं कल नू जो उत्थे दर्ज कराउण जा रहे हां कि मैं वारिस पंजाब दे जथेबंदी दा लीगल सकत्तर होण दे नाते जो एक खदशा है कि भाई अमृतपाल सिंह पंजाब पुलिस दी जो इलीगल कस्टडी विच मौजूद ने उसनू जार करते हुए मानयोग हाई कोर्ट विच एक हेबियस कॉर्पस दी जो रिट पटीशन है एज पटिशनर मैं दर्ज करवाई सी ते आज उस रिट पटीशन दी जो तीजी सुनवाई सी 28 मार्च नू ते उसकी जो चौथी सुनवाई है अगली सुनवाई है 29 मार्च नू कल ते रखी गई है तो उस दे विच जो पंजाब सरकार वालों जो एडवोकेट जनरल साहब ने पंजाब दे पेश होए सी ते उत्थे काफी ज्यादा मीडिया पर्सन भी बैठे सी जिन्हां ने जो भी कार्रवाई हुई अदालत दे विच ओ मीडिया रिपोर्ट्स दे थ्रू बाहर जो नशर कीती पब्लिक डोमेन दे विच ते ओही ओ गल्लां मैं तुहानू तुहाडे सारयां दे सामुख रखन लग्या हां। उत्थे जो एडवोकेट जनरल साहब ने उन्हां ने ऑन रिकॉर्ड एक गल आखी कि जो भाई अमृतपाल सिंह नू जो अरेस्ट है वह पंजाब पुलिस ने नहीं किया ते भाई अमृतपाल सिंह पंजाब पुलिस की गिरफ्त विच नहीं हैगे ते उस तो बाद जो एडवोकेट जनरल साहब ने यह भी गल आखी भी जो भाई अमृतपाल सिंह नू छेती जो उन्हां नू इंस्ट्रक्शन मिलिया ने उपरों भी छेती गिरफ्तार कर लिया जाएगा कि क्योंकि एक जो जॉइंट ऑपरेशन है सारिया एजेंसियां दा जो इंडिया दियां हैगियां ने जॉइंट ऑपरेशन चल रहा है ਇਹ ਓਪਨ ਕੋਰਟ ਦੇ ਵਿੱਚ ਸਾਰੇ ਮੀਡੀਆ ਪਰਸਨ ਜਿਵੇਂ ਪਿੱਛੇ ਮੌਜੂਦ ਸੀ ਸਾਰਿਆਂ ਦੇ ਸਾਹਮਣੇ ਇਹ ਗੱਲਾਂ ਜੋ ਏਜੀ ਸਾਹਿਬ ਨੇ ਮਾਨਯੋਗ ਅਦਾਲਤ ਦੇ ਸਾਹਮਣੇ ਨਸ਼ਰ ਕੀਤੀਆਂ ਤੇ ਉਸ ਤੋਂ ਬਾਅਦ ਜੋ ਮਾਨਯੋਗ ਅਦਾਲਤ ਨੇ ਐਡਵੋਕੇਟ ਜਨਰਲ ਸਾਹਿਬ ਨੂੰ ਇਹ ਹਦਾਇਤ ਦਿੱਤੀ ਵੀ ਜੋ ਸਰਕਾਰ ਵੱਲੋਂ ਇੱਕ ਐਫੀਡੈਵਿਟ ਦਾਇਰ ਕੀਤਾ ਜਾਵੇ ਜੋ ਕਿ ਮਾਨਯੋਗ ਅਦਾਲਤ ਦਾ ਆਰਡਰ ਆ ਚੁੱਕਿਆ ਜਿਸ ਵਿੱਚ ਲਿਖਿਆ ਹੈਗਾ ਕਿ ਜੋ ਇੰਸਪੈਕਟਰ ਜਨਰਲ ਰੈਂਕ ਦਾ ਪੁਲਿਸ ਵਾਲਾ ਹੈ ਉਹ ਆਪਦਾ ਐਫੀਡੈਵਿਟ ਦਰਜ ਕਰਾਵੇਗਾ ਕੱਲ ਨੂੰ ਤੇ ਉਸ ਤੋਂ ਬਾਅਦ ਵਿੱਚ ਜੋ ਸਾਨੂੰ ਵੀ ਇਹ ਮਾਨਯੋਗ ਅਦਾਲਤ ਨੇ ਆਰਡਰ ਕੀਤਾ ਵੀ ਤੁਸੀਂ ਆਪਦਾ ਜੋ ਪੱਖ ਹੈ ਉਸ ਨੂੰ ਰੱਖਦੇ ਹੋਏ ਕੋਈ ਐਵੀਡੈਂਸ ਸਬੂਤ ਦਿਓ ਤਾਂ ਅਸੀਂ ਕੁਝ ਕੁ ਜੋ ਮੀਡੀਆ ਰਿਪੋਰਟਸ ਦਾ ਵੇਰਵਾ ਉੱਥੋਂ ਜੋ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਸੀ ਤੇ ਹੋਰ ਜੋ ਮੀਡੀਆ ਰਿਪੋਰਟਸ ਦਾ ਵੇਰਵਾ ਦਿੱਤਾ ਜਿਸ ਦੇ ਉੱਪਰ ਮਾਨਯੋਗ ਅਦਾਲਤ ਨੇ ਬਹੁਤੀ ਸਹਿਮਤੀ ਤਾਂ ਪ੍ਰਗਟ ਨਹੀਂ ਕੀਤੀ ਤੇ ਸਾਨੂੰ ਹੋਰ ਜੋ ਐਵੀਡੈਂਸ ਸਪੋਰਟਿੰਗ ਹੈ ਉਹ ਦੇਣ ਦਾ ਜੋ ਹਦਾਇਤ ਦਿੱਤੀ ਤਾਂ ਉਸ ਤੋਂ ਬਾਅਦ ਚੋਂ ਸਾਨੂੰ ਇੱਕ ਦਿਨ ਦੀ ਜੋ ਮੌਲਤ ਮਿਲੀ ਹੈ ਮਾਨਯੋਗ ਅਦਾਲਤ ਤੋਂ ਤੇ 29 ਮਾਰਚ ਨੂੰ ਕੱਲ ਨੂੰ ਸੁਣਵਾਈ ਦੁਆਰਾ ਇਹ ਰੱਖੀ ਗਈ ਹੈ ਤਾਂ ਮੇਰੀ ਜੋ ਤੁਹਾਡੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜੇ ਕੋਈ ਚਸ਼ਮਦੀਦ ਗਵਾਹ ਨੇ ਕੋਈ ਆਈ ਵਿਟਨੈਸ ਨੇ ਭਾਈ ਸਾਹਿਬ ਨੂੰ ਜੋ ਪੁਲਿਸ ਜੋ ਗਿਰਫਤ ਵਿੱਚ ਲਿਆ ਜਿਵੇਂ ਜਾਂ ਕੁਝ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਸੀ ਕੋਈ ਪੁਲਿਸ ਮੁਲਾਜ਼ਮ ਨੇ ਕੋਈ ਬਿਆਨ ਪਾਇਆ ਸੀ ਵੀ ਮੈਂ ਚਸ਼ਮਦੀਦ ਗਵਾਹ ਸਾਰੇ ਜੋ ਵੀ ਕੁਝ ਵਰਤਾਰਾ ਵਰਤਿਆ ਕਿਵੇਂ ਭਾਈ ਸਾਹਿਬ ਨੂੰ ਅਰੈਸਟ ਕੀਤਾ ਗਿਆ ਤੋ ਹੱਥ ਜੋੜ ਕੇ ਬੇਨਤੀ ਹੈ ਵੀ ਸਾਨੂੰ ਐਵੀਡੈਂਸ ਦਿਓ ਤਾਂ ਕਿ ਅਸੀਂ ਮਾਨਯੋਗ ਅਦਾਲਤ ਦੇ ਅੱਗੇ ਆਪਦਾ ਜੋ ਪੱਖ ਹੈ ਇੱਕ ਸਟਰੋਂਗ ਤਰੀਕੇ ਦੇ ਨਾਲ ਰੱਖ ਸਕੀਏ ਤੇ ਹੋਰ ਵੀ ਜੇ ਤੁਹਾਡੇ ਕੋਲੇ ਕੋਈ ਐਵੀਡੈਂਸ ਹੈਗਾ ਸਾਨੂੰ ਦਿਓ ਕਿਉਂਕਿ ਜਿੰਨੀਆਂ ਵੀ ਸੰਗਤਾਂ ਨੇ ਪੂਰੇ ਦੇਸ਼ਾਂ ਵਿਦੇਸ਼ਾਂ ਤੋਂ ਜੋ ਵੀ ਸਾਨੂੰ ਐਵੀਡੈਂਸ ਭੇਜਿਆ ਸੀ ਉਹ ਅਸੀਂ ਕੱਲ ਨੂੰ ਜੋ ਉੱਥੇ ਦਰਜ ਕਰਾਉਣ ਜਾ ਰਹੇ ਹਾਂ ਤੇ ਉਹ ਤੇ ਇਹ ਮੇਰੀ ਪਹਿਲੀ ਬੇਨਤੀ ਸੀ ਤੇ ਦੂਜੀ ਬੇਨਤੀ ਮੈਂ ਇਹ ਕਰਨ ਲੱਗਿਆ ਹਾਂ ਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ ਵੀ ਪੰਜਾਬ ਦੇ ਵਿੱਚ ਜੋ ਕਾਫੀ ਪਿਛਲੇ ਦਿਨਾਂ ਤੋਂ ਦਹਿਸ਼ਤ ਦਾ ਮਾਹੌਲ ਜਿਸ ਦਾ ਪਸਾਰਾ ਹੋਇਆ ਪਿਆ ਬੜੇ ਜ਼ਿਆਦਾ ਨੌਜਵਾਨਾਂ ਦੇ ਜੋ ਮਨੁੱਖੀ ਅਧਿਕਾਰ ਨੇ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਨੇ ਆਰਟੀਕਲ 1 ਦੇ ਅੰਡਰ ਉਹਨਾਂ ਦੀ ਪਰਸਨਲ ਲਿਬਰਟੀ ਨੂੰ ਉਹਨਾਂ ਦੀ ਜੋ ਲਾਈਫ ਹੈ ਜੋ ਪਰਸਨਲ ਲਿਬਰਟੀ ਹੈ ਨੌਜਵਾਨਾਂ ਦੀ ਉਸ ਨੂੰ ਕਰਟੇਲ ਕਰਦੇ ਹੋਏ ਇਲੀਗਲੀ ਪੁਲਿਸ ਉਹਨਾਂ ਨੂੰ ਡਿਟੇਨ ਕਰ ਰਹੀ ਹੈ ਉਹਨਾਂ ਦੇ ਘਰਦਿਆਂ ਨੂੰ ਮਾਤਾਵਾਂ ਨੂੰ ਭੈਣਾਂ ਨੂੰ ਬੀਬੀਆਂ ਨੂੰ ਵੀ ਚੁੱਕ ਕੇ ਜੋ ਥਾਣਿਆਂ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਤਾਂ ਉਸ ਤੇ ਜੋ ਸਾਡੀ ਜੋ ਜਥੇਬੰਦੀ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਉਹ ਬਿਨਾਂ ਕਿਸੇ ਫੀਸ ਤੋਂ ਸੇਵਾ ਭਾਵਨਾ ਤੋਂ ਪੈਰਵੀ ਕਰਦੀ ਆ ਰਹੀ ਹੈ ਤੇ ਅੱਗੇ ਵੀ ਕਰਦੀ ਰਹੇਗੀ ਜਿਨ੍ਹਾਂ ਜਿਨ੍ਹਾਂ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਜਿਸ ਨਾਲ ਕੋਈ ਵਧੀਕੀ ਹੁੰਦੀ ਹੈ ਕਾਨੂੰਨ ਦੇ ਤਹਿਤ ਕੌਂਸਟੀਟਿਊਸ਼ਨ ਦੇ ਤਹਿਤ ਉਹ ਸਾਨੂੰ ਸੰਪਰਕ ਕਰ ਸਕਦਾ ਅੱਗੇ ਪਹਿਲਾਂ ਸਾਡੇ ਜਿੰਨੇ ਵਕੀਲ ਸਾਹਿਬਾਨ ਨੇ ਜਿਨ੍ਹਾਂ ਦਾ ਪੈਨਲ
ਇੱਥੇ ਲਾਂਚ ਕੀਤਾ ਗਿਆ ਸੀ। ਉਹਨਾਂ ਨੇ ਸੈਂਕੜਾ ਨੌਜਵਾਨਾਂ ਨੂੰ ਵਕਾਲਤਨਾਮੇ ਲਾ ਕੇ ਉਹਨਾਂ ਦੀ ਲੀਗਲ ਪੈਰਵੀ ਕਰਵਾ ਕੇ ਜੋ ਪੁਲਿਸ ਦੀ ਇਲੀਗਲ ਕਸਟਡੀ ਦੇ ਵਿੱਚੋਂ ਉਹਨਾਂ ਨੂੰ ਬਾਹਰ ਕਢਵਾਇਆ ਤੇ ਅੱਗੇ ਵੀ ਕਰਦੇ ਰਹਾਂਗੇ। ਤੇ ਤੀਜੀ ਮੈਂ ਬੇਨਤੀ ਇਹ ਕਰਨਾ ਚਾਹਾਂਗਾ ਵੀ ਅਸੀਂ ਬੜੇ ਜ਼ਿਆਦਾ ਫਿਕਰਮੰਦ ਹਾਂ ਵੀ ਜੋ ਸਾਡੇ ਆਗੂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਨ੍ਹਾਂ ਨੂੰ NSA ਲਾ ਕੇ ਦਿਬਰੂਗੜ੍ਹ ਅਸਾਮ ਵਿੱਚ ਭੇਜਿਆ ਗਿਆ, ਉਹਨਾਂ ਦੇ ਪ੍ਰਤੀ ਵੀ ਅਸੀਂ ਪੂਰੇ ਜੋ ਤਤਪਰ ਹਾਂ, ਅਸੀਂ ਉਹਨਾਂ ਦੇ ਲਈ ਵੀ ਪੂਰੀ ਲੀਗਲ ਕਾਰਵਾਈ ਕਰਨ ਜਾ ਰਹੇ ਹਾਂ ਤੇ ਸਾਡੀ ਜੋ ਟੀਮ ਹੈਗੀ ਉਹ ਦਿਬਰੂਗੜ੍ਹ ਦੀ ਉੱਥੇ ਵਿਜ਼ਿਟ ਕਰੇਗੀ, ਉਹਨਾਂ ਨਾਲ ਮੁਲਾਕਾਤ ਕਰਕੇ ਵਾਰਿਸ ਪੰਜਾਬ ਦੇ ਜੋ ਜਥੇਬੰਦੀ ਦੇ ਵਕੀਲ ਉੱਥੇ ਜਾਣਗੇ, ਉੱਥੇ ਮੁਲਾਕਾਤ ਕਰਨਗੇ, ਉੱਥੇ ਵੀ ਜੋ ਦਿਬਰੂਗੜ੍ਹ ਵਿੱਚ ਵੀ ਜੋ ਲੀਗਲ ਪੈਰਵੀ ਉਹਨਾਂ ਦੀ ਜੋ ਕਾਨੂੰਨ ਦੇ ਤਹਿਤ ਬਣਦੀ ਹੈ ਉਹ ਵੀ ਕੀਤੀ ਜਾਵੇਗੀ, ਜੋ ਮਾਨਯੋਗ ਹਾਈਕੋਰਟ ਵਿੱਚ ਲੀਗਲ ਪੈਰਵੀ ਕਰਨੀ ਬਣਦੀ ਹੈ ਉਹ ਵੀ ਕੀਤੀ ਜਾਵੇਗੀ, ਤੇ ਇਹ ਸਾਰੀਆਂ ਜਿਹੜੀਆਂ ਸੇਵਾਵਾਂ ਨੇ ਇਹ ਸਾਰਿਆਂ ਨੂੰ ਦਿੱਤੀਆਂ ਜਾਣਗੀਆਂ। ਕਿਸੇ ਨੌਜਵਾਨ ਨੂੰ ਡਰਨ ਦੀ ਘਬਰਾਉਣ ਦੀ ਲੋੜ ਨਹੀਂ, ਜੋ ਸਾਡੀ ਜਥੇਬੰਦੀ ਹੈ ਸੇਵਾ ਭਾਵਨਾ ਨਾਲ ਬਿਨਾਂ ਕਿਸੇ ਲਾਲਚ ਤੋਂ ਫੀਸ ਤੋਂ ਇਹ ਜੋ ਸੇਵਾ ਨਿਭਾਉਂਦੀ ਆ ਰਹੀ ਹੈ, ਤੇ ਹਰੇਕ ਨੌਜਵਾਨ ਨੂੰ ਹਰੇਕ ਜਿਹੜਾ ਬੰਦੇ ਜਿਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਦੀ ਪੈਰਵੀ ਅਸੀਂ ਕਰਾਂਗੇ, ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ, ਸਾਨੂੰ ਸੰਪਰਕ ਕਰਿਓ, ਇਹੋ ਮੇਰੀਆਂ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।